अमृतसर के जंडियाला गुरु में रात 10 बजे के करीब ज्योति सर में एक्टिवा सवार नशा तस्कर की अज्ञात लोगों द्वारा गोली मारकर हत्या कर दी गई। युवक की पहचान बलजिंदर सिंह वासी मोहल्ला शेखुपुरा जंडियाला गुरु के रूप में हुई है। युवक को करीब 3 गोलियां लगी है। युवक नशा तस्करी का काम करता था और नशा लेने का आदी था। युवक घर से बाहर किराए पर रहता था, वहीं से नशे का कारोबार करता था। युवक के पिता ने बताया कि घर से खाना खाकर उसको कोई फोन आया तो वह घर से बाहर चला गया, बताकर नहीं गया कि वह कहां जा रहा है। युवक के पिता ने बताया कि हमें उसकी मौत का पता नेट से चला, जब किसी ने वीडियो बनाकर वायरल कर दी। ये मतलब डेथ हुई है बलजिंदर सिंह की लगता मुंडा मेरा ਇਹ ਘਟਨਾ ਕਿਸ ਤਰ੍ਹਾਂ ਵਾਪਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਨੈਟ ਤੇ ਪਤਾ ਲੱਗਾ ਜੀ ਹਾਂਜੀ ਨੈਟ ਤੇ ਪਤਾ ਲੱਗਾ ਤੇ ਇੱਥੋਂ ਘਰੋਂ ਹੋ ਕੇ ਗਿਆ ਘਰੋਂ ਹੋ ਕੇ ਨਹੀਂ ਗਿਆ ਰੋਟੀ ਖਾ ਕੇ ਤੇ ਇੱਥੋਂ ਜੋ ਨਿਕਲਿਆ ਤੇ ਮੁੜ ਕੇ ਸਿੱਧਾ ਚਲ ਗਿਆ ਉਹਨੇ ਦੱਸਿਆ ਨਹੀਂ ਕੁਛ ਵੀ ਕਿੱਥੇ ਚੱਲਿਆ ਫੋਨ ਆਇਆ ਵਾ ਕਿਸੇ ਦਾ ਪਤਾ ਨਹੀਂ ਕਿਹਦਾ ਆਇਆ ਤੇ ਕਿਹਦਾ ਨਹੀਂ ਆਇਆ ਕੀ ਕਿਹਾ ਉਹਨਾਂ ਨੇ ਉਹਨਾਂ ਸਾਨੂੰ ਸੁਣਿਆ ਨਹੀਂ ਤੇ ਸਾਨੂੰ ਵੀ ਉਹਦੇ ਨਾਲ ਗੱਲ ਹੋਈ ਨਹੀਂ ਜਿਹੜਾ ਫੋਨ ਆਇਆ ਵਾ ਉਹਨੇ ਨੇ ਕੀ ਕਿਹਾ ਤੁਹਾਨੂੰ ਸਾਡੇ ਨਾਲ ਗੱਲ ਨਹੀਂ ਹੋਈ ਤੇ ਫੋਨ ਉਹਦੇ ਨਾਲ ਆਇਆ ਉਹਨੂੰ ਆਇਆ ਤੇ ਉਹ ਚਲੇ ਗਿਆ ਸ਼ੱਕ ਭਾਜੀ ਨਾ ਜੀ ਕਿਸੇ ਤੇ ਸ਼ੱਕ ਨਹੀਂ ਫੋਨ ਆ ਉਸੇ ਵੇਲੇ ਚਲ ਗਿਆ ਮੁੰਡਾ ਹਾਂਜੀ ਸਾਡੀ ਹੈ ਕਿਸੇ ਨਾਲ ਦੁਸ਼ਮਣੀ ਤੇ ਦੁਸ਼ਮਣੀ ਹੈ ਹੋਵੇ ਫਿਰ ਤਾਂ ਦੱਸੀ ਇਹਨੇ ਵੀ ਪੁੱਛੇ ਹੁਣ ਨਹੀਂ ਪਤਾ ਲੱਗਦਾ ਕਿਹੜੇ ਜੀ ਆ ਹਾਂਜੀ ਗੋਲੀ ਵੱਜੀ ਆ ਨਾ ਮਾਰੀ ਆ ਗੋਲੀ ਮਾਰੀ ਆ ਹਾਂਜੀ ਕਿ ਕਿਸ ਜਗ੍ਹਾ ਦੇ ਵੱਜੇ ਆ ਉਹਨਾਂ ਦੇ ਇਧਰ ਵੱਜੀ ਮੇਰਾ ਸਿਰ ਦੇ ਵਿੱਚ ਇੱਥੋਂ ਵੱਜੀ ਤੇ ਮਗਰਲੇ ਬੰਨੇ ਨਿਕਲੀ ਸੀ ਤੁਹਾਡਾ ਕੀ ਨਾਮ ਜੀ ਮਨਪ੍ਰੀਤ ਕੌਰ ਇਹ ਤੁਹਾਡੇ ਕੀ ਲੱਗਦੇ ਸੀਗੇ ਭਤੀਜਾ ਸੀ मतलब ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਹੀ ਮੰਗਦੇ ਹਾਂ ਵੀ ਸਾਡੇ ਬੱਚੇ ਨਾਲ ਨਜਾਇਜ਼ ਕੀਤੀ ਹੈ ਨਾ ਉਹਦੀ ਕਿਸੇ ਨਾਲ ਦੁਸ਼ਮਣੀ ਸੀ ਨਾ ਲਾਗਡਾਟ ਸੀ ਉਹਨੂੰ ਸੱਦ ਕੇ ਧੋਖੇ ਨਾਲ ਮਾਰ ਦਿੱਤਾ ਗਿਆ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਕੀ ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਸਾਰੇ ਗਲਤ ਮੰਨਦੇ ਜਿਹਨੂੰ ਮਰਜ਼ੀ ਪੁੱਛ ਲਓ ਇੰਨਾ ਬੱਚਾ ਨਾਈ ਸੀ ਪੜ੍ਹਿਆ ਲਿਖਿਆ ਸੀ ਕੋਰਸ ਕੀਤਾ ਸੀ वहीं थाना प्रभारी ने बताया कि लड़का नक्शा तस्करी का काम करता था। नशे को लेकर ही मुठभेड़ हुई और कुछ युवकों ने गोलियां मारकर हत्या कर दी। सवा 10 बजे मैसेज आया सी, असीं ड्यूटी ऑफ करके खाना खुना खान लगे सी ते मैसेज आया कि गोली चल गई अपने स्कूल लागे स्कूल नंबर गली आ ਬਲਿੰਦਰ ਸਿੰਘ ਸਾਨੋਫਰ ਭਜਨ ਸਿੰਘ ਉਸ ਕੁਝ ਐਕਟਰਾਂ ਦੇ ਵਿੱਚੋਂ ਪੇਪਰ ਨਿਕਲੇ ਉਸ ਤੋਂ ਪਤਾ ਲੱਗਾ ਕਿ ਉਹ ਬੰਦਾ ਜੇ ਮਰਨ ਵਾਲਾ ਉਹ ਆ ਇਹਦੀ ਉਮਰ 30 ਸਾਲ ਦੇ ਲਗਭਗ ਨੀਰ ਬੋਰਡਰ ਹੈ 30 ਸਾਲ ਅਤੇ ਇਹਦੇ ਡਾਇਰੈਕਟਰ ਦੇ ਵਿੱਚੋਂ 2100 ਰੁਪਇਆ ਮਿਲਿਆ ਅਤੇ ਇਹਦੀ ਡੱਬੇ ਦੇ ਵਿੱਚੋਂ ਪਿਸਟਲ ਮਿਲਿਆ 911 ਦਾ ਹੋਰ ਜਮ੍ਹਾਂ ਤਲਾਸ਼ੀ ਤੋਂ ਬਾਅਦ ਹੋਰ ਕੀ ਮਿਲਿਆ ਜੀ ਨਹੀਂ ਹੋਰ ਕੁਛ ਨਹੀਂ ਮਿਲਿਆ ਬਾਕੀ ਤਫਤੀਸ਼ ਜਾਰੀ ਆ ਅਤੇ ਜਦ ਕੇਸ ਦਰਜ ਕਰ ਦਿੱਤਾ 180 ਨੰਬਰ ਮੁਕਦਮਾ जल्दी दोषी केस किए जाएंगे। ਕਿੰਨੀਆਂ ਗੋਲੀਆਂ ਵੱਜੀਆਂ ਸਾਰੇ ਨਸ਼ਾ ਨੁਸ਼ਾ ਵੀ ਵੇਖਦੇ ਇਹਦੇ ਸਾਡੇ ਥਾਣੇ ਦੇ ਵਿੱਚ 2 ਪਰਚੇ ਆਲਰੇਡੀ ਇੱਥੇ ਦਰਜ ਹੋ ਚੁੱਕੇ ਆ ਦਾਦਾ ਪਹਿਲਾਂ 2 ਪਰਚੇ ਦਰਜ ਹੋਏ ਇੱਥੇ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹਦਾ ਬਾਪ ਰੱਖਿਆ ਚਲਾਉਂਦਾ ਵਾ ਇਹ ਨਸ਼ੇ ਪੀਣ ਦੇ ਆਦੀ ਹੈ ਤੇ ਨਸ਼ੇ ਵੇਚਦਾ ਵੀ ਆ ਤੇ ਇਹ ਕੱਲ ਇਹਦੀ ਜਿਹੜਾ ਮੁੱਠਭੇੜ ਹੋਈ ਉਹ ਵੀ ਨਸ਼ੇ ਤੋਂ ਮੇਰੇ ਹਿਸਾਬ ਨਾਲ ਹੋਈ ਆ ਕਿਉਂਕਿ ਨਸ਼ਾ ਵੇਚਣ ਆਇਆ ਤਾਂ ਉਹਨਾਂ ਡੀਲ ਤੇ ਉਹਨਾਂ ਨੇ ਪੈਸੇ ਕੁਝ ਦੇਣ ਦੇ ਚੱਕਰ 'ਚ ਹੋ ਗਈ ਗੱਲਬਾਤ ਉਹਨਾਂ ਗੋਲੀ ਮਾਰਤੀ ਇਹਦਾ ਘਰੋਂ ਹੋਟਲ ਰੱਖਦਾ ਹੈ ਇਹ ਬਾਹਰ ਕਿਰਾਏ ਤੇ ਰਹਿ ਰਿਹਾ ਕੱਲਾ ਨਾਲੇ ਕਿ 2 ਦੋਸਤ ਵੀ ਇਹਦੇ ਹੈਗੇ ਕਿੰਨੀਆਂ ਗੋਲੀਆਂ ਵੱਜੀਆਂ ਇਹਦੇ 2 ਮੱਥੇ 'ਚ 1 ਲੱਗ 3 ਗੋਲੀਆਂ ਜੰਡਿਆਲਾ ਗੁਰੂ ਸੇ ਪ੍ਰਗਟ ਸਿੰਘ ਔਰ ਕਵਲਜੀਤ ਸਿੰਘ ਕੀ ਰਿਪੋਰਟ।